ਹੁਣੇ ਹੁਣੇ ਇੱਕ ਹੋਰ ਖਬਰ ਆਈ ਹੈ ਕਿ ਰਸ਼ੀਆ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਅਸੀਂ ਜਿਹੜੇ ਤੁਹਾਨੂੰ ਹੈਲੀਕਾਪਟਰ ਦੇ ਇੰਜਨ ਦਿੱਤੇ ਸਨ ਤੁਸੀਂ ਉਹ ਸਾਨੂੰ ਵਾਪਸ ਕਰ ਦਿਵੋ। ਇਸ ਦੇ ਪਿੱਛੇ ਜਿਹੜਾ ਰਸ਼ੀਆ ਨੇ ਕਾਰਨ ਦੱਸਿਆ ਉਹ ਇਹ ਹੈ ਕਿ ਰਸ਼ੀਆ ਕਹਿ ਰਿਹਾ ਹੈ ਕਿ ਸਾਨੂੰ ਯੂਕਰੇਨ ਜੰਗ ਦੇ ਵਿੱਚ ਹੁਣ ਹੋਰ ਜ਼ਿਆਦਾ ਮਿਲਟਰੀ ਪਾਵਰ ਦੀ ਜ਼ਰੂਰਤ ਹੈ। ਪਾਕਿਸਤਾਨ ਤੋਂ ਬਿਨਾਂ ਰਸ਼ੀਆ ਨੇ ਇਜਿਪਟ ਅਤੇ ਬੇਲਾਰੂਸ ਨੂੰ ਵੀ ਜਿਹੜੇ ਆਪਣੇ ਹੈਲੀਕਾਪਟਰ ਦੇ ਇੰਜਨ ਵੇਚੇ ਸਨ ਉਹਨਾਂ ਤੋਂ ਵੀ ਵਾਪਸ ਮੰਗੇ ਨੇ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਇਜਿਪਟ ਦੇ ਵਿੱਚ ਰਸ਼ੀਆ ਦੇ ਘੱਟੋ ਘੱਟ 100 ਹੈਲੀਕਾਪਟਰ ਮੌਜੂਦ ਨੇ। ਇਸ ਦੇ ਨਾਲ ਦੁਨੀਆ ਦੇ ਸਾਹਮਣੇ ਰਸ਼ੀਆ ਦੇ ਉੱਪਰ ਇੱਕ ਇਹ ਵੀ ਬੁਰਾ ਇੰਪੈਕਟ ਪੈ ਰਿਹਾ ਹੈ ਕਿ ਹੁਣ ਕੋਈ ਵੀ ਦੇਸ਼ ਰਸ਼ੀਆ ਤੋਂ ਹਥਿਆਰ ਖਰੀਦਣ ਤੋਂ ਪਹਿਲਾਂ 10 ਵਾਰ ਸੋਚੇਗਾ, ਕਿਉਂਕਿ ਜੇ ਅੱਗੇ ਲੜਾਈ ਲੱਗਦੀ ਹੈ ਉਹਨਾਂ ਨੂੰ ਹੋਵੇਗਾ ਕਿ ਰਸ਼ੀਆ ਫਿਰ ਤੋਂ ਆਪਣੇ ਹਥਿਆਰ ਵਾਪਸ ਮੰਗ ਲਵੇਗਾ। ਰਸ਼ੀਆ ਤੇ ਯੂਕਰੇਨ ਜਿਹੜੀ ਜੰਗ ਚੱਲ ਰਹੀ ਹੈ ਇਸ ਨੂੰ ਤਕਰੀਬਨ 2.5 ਸਾਲ ਹੋ ਗਏ ਨੇ ਇਸ ਜੰਗ ਨੂੰ ਲੱਗੇ ਹੋਏ ਆ। ਹੁਣ ਰਸ਼ੀਆ ਨੂੰ ਲੱਗ ਰਿਹਾ ਹੈ ਕਿ ਅਮਰੀਕਾ ਇਜ਼ਰਾਈਲ ਵਾਲੇ ਯੁੱਧ ਦੇ ਵਿੱਚ ਬਿਜੀ ਹੈ ਤੇ ਜੇਕਰ ਉਸ ਨੂੰ ਮੌਕਾ ਮਿਲੇ ਤਾਂ ਉਹ ਕਾਫੀ ਅੰਦਰ ਤੱਕ ਜਾ ਕੇ ਯੂਕਰੇਨ ਦੇ ਉੱਪਰ ਅਟੈਕ ਕਰੇ ਤੇ ਦੂਸਰੇ ਪਾਸੇ ਜਿਹੜਾ ਚਾਈਨਾ ਹੈ ਉਹ ਵੀ ਤਾਇਵਾਨ ਦੇ ਉੱਪਰ ਹਮਲਾ ਕਰਨ ਦੀ ਪੂਰੀ ਤਿਆਰੀ ਦੇ ਵਿੱਚ ਹੈ। ਬਸ ਇਹ ਦੇਖਣਾ ਹੈ ਕਿ ਉਹ ਹਮਲਾ ਕਦੋਂ ਕਰਦਾ ਹੈ ਤੇ ਕੰਗਣਾ ਰਣੌਤ ਦੀ ਜਿਹੜੀ ਹੁਣੇ-ਹੁਣੇ ਫਿਲਮ ਰਿਲੀਜ਼ ਹੋਈ ਸੀ ਤੇਜਸ ਉਹ ਮੁੱਦੇ ਮੂੰਹ ਡਿੱਗੀ ਹੈ। ਇਸ ਫਿਲਮ ਨੇ ਟੋਟਲ ਹੀ 4 ਕਰੋੜ ਦਾ ਕਾਰੋਬਾਰ ਕੀਤਾ ਹੈ। ਕੰਗਣਾ ਦੀ ਜੇਕਰ ਆਪਾਂ ਪਿਛਲੀਆਂ 5 ਫਿਲਮਾਂ ਨੂੰ ਦੇਖੀਏ ਤਾਂ ਉਹ ਬਹੁਤ ਵੱਡੇ ਲੈਵਲ ਤੇ ਫਲੌਪ ਹੋਈਆਂ ਨੇ। ਕੰਗਣਾ ਦੀ ਫਿਲਮ ਮਣੀਕਰਨਿਕਾ ਨੇ 92.19 ਕਰੋੜ ਰੁਪਏ ਕਮਾਏ ਸਨ। ਇਸ ਤੋਂ ਬਾਅਦ ਕੰਗਣਾ ਦੀ ਫਿਲਮ ਆਈ ਜੈਂਟਲਮੈਨ ਹੈਕ ਹੈ, ਉਸਨੇ 33.11 ਕਰੋੜ ਰੁਪਏ ਕਮਾਏ। ਉਸ ਤੋਂ ਬਾਅਦ ਕੰਗਣਾ ਦੀ ਫਿਲਮ ਆਈ ਪੰਗਾ, ਜਿਸਨੇ 28.92 ਕਰੋੜ ਰੁਪਏ ਕਮਾਏ। ਇਸ ਤੋਂ ਬਾਅਦ ਆਉਂਦੀ ਹੈ ਕੰਗਣਾ ਦੀ ਥਲਾਈ ਵੀ ਫਿਲਮ, ਜਿਸਨੇ 1.86 ਕਰੋੜ ਰੁਪਏ ਹੀ ਕਮਾਏ ਸਨ। ਫਿਰ ਆਉਂਦੀ ਹੈ ਕੰਗਣਾ ਦੀ ਫਿਲਮ ਧਾਕੜ, ਜਿਸਨੇ 2.58 ਕਰੋੜ ਰੁਪਏ ਕਮਾਏ ਸਨ। ਲਗਾਤਾਰ ਫਲੌਪ ਤੇ ਫਲੌਪ ਫਿਲਮਾਂ ਦੇ ਕੇ ਕੰਗਣਾ ਆਪਣੇ ਨਾਮ ਅਲੱਗ ਤਰ੍ਹਾਂ ਦੇ ਰਿਕਾਰਡ ਸੈੱਟ ਕਰਦੀ ਜਾ ਰਹੀ ਹੈ। ਇਸ ਵਾਰ ਤਾਂ ਉਸਦੀ ਲੋਕਾਂ ਦੇ ਸਾਹਮਣੇ ਕੀਤੀ ਹੋਈ ਅਪੀਲ ਵੀ ਕਿਸੇ ਕੰਮ ਨਹੀਂ ਆਈ, ਜਿਸ ਦੇ ਵਿੱਚ ਉਹ ਕਹਿ ਰਹੀ ਸੀ ਕਿ ਜੇਕਰ ਤੁਸੀਂ ਦੇਸ਼ ਭਗਤ ਹੋ ਤਾਂ ਤੁਸੀਂ ਜ਼ਰੂਰ ਜਾ ਕੇ ਮੇਰੀ ਫਿਲਮ ਤੇਜਸ ਨੂੰ ਦੇਖਿਓ। ਇਹ ਸਨ ਜੀ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਮ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।